ਸਿੱਧੂ ਦੀ ਯਾਦਗਾਰ ਤੇ ਪਹੁੰਚਿਆ ਇਹ ਅਪਾਹਜ ਫੈਨ। ਕਹਿੰਦਾ ਦੁੱਖ ਦਰਦ ਨਹੀਂ ਕੋਈ, ਸਿੱਧੂ ਮੂਸੇਵਾਲਾ ਇੱਕ ਵਾਰ ਮੁੜ ਆਵੇ। ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ। ਇਹ ਬਾਈ ਚਾਹੇ ਚੱਲ ਫਿਰ ਨਹੀਂ ਸਕਦਾ, ਪਰ ਫਿਰ ਵੀ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਪਹੁੰਚਿਆ। ਔਖਾ ਕਿੰਨਾ ਹੋ ਰਿਹਾ ਉਹ ਤੁਸੀਂ ਦੇਖ ਸਕਦੇ ਹੋ, ਪਰ ਜਿਹੜਾ ਪਿਆਰ ਆ ਸਿੱਧੂ ਮੂਸੇਵਾਲੇ ਦੇ ਲਈ ਉਹ ਦਿਲਾਂ ਦੇ ਵਿੱਚ ਅੱਜ ਵੀ ਜਿਉਂਦਾ ਜਾਗਦਾ। ਇਸ ਫੈਨ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਅੰਦਾਜ਼ਾ ਲਾ ਲਿਓ ਕਿ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਰੇ ਤੋਂ ਪਰੇ ਨੇ। ਤਾਂ ਦੇਖ ਸਕਦੇ ਹੋ ਯਾਦਗਾਰ ਤੇ ਲੱਗਿਆ ਮੇਲਾ, ਗਵਾਹੀ ਭਰਦਾ ਕਿ ਸਿੱਧੂ ਮੂਸੇਵਾਲੇ ਦਾ ਰੁਤਬਾ ਕੀ ਸੀ। ਅਣਖਾਂ ਦੀ ਗੱਲ ਕਰਨ ਵਾਲਾ ਮੂਸੇਵਾਲਾ ਚਾਹੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ, ਪਰ ਉਸਨੂੰ ਪਿਆਰ ਕਰਨ ਵਾਲੇ ਰੋਜ਼ਾਨਾ ਯਾਦਗਾਰ ਤੇ ਆਉਂਦੇ ਨੇ। ਇਹ ਬਾਈ ਦੇਖ ਲਓ ਤੁਸੀਂ, ਸਪੈਸ਼ਲ ਸਿੱਧੂ ਦੀ ਯਾਦਗਾਰ ਤੇ ਆਇਆ ਗਾ ਤੇ ਦਵਾਈ ਲੈਣ ਦੇ ਲਈ ਜਾ ਰਿਹਾ ਸੀ, ਤਾਂ ਇਸ ਦਾ ਕਹਿਣਾ ਸੀ ਕਿ ਯਾਦਗਾਰ ਤੇ ਜ਼ਰੂਰ ਜਾ ਕੇ ਆਉਣਾ। ਸਿੱਧੂ ਮੂਸੇਵਾਲੇ ਦੇ ਪਹਿਲੇ ਗੀਤ ਤੋਂ ਲੈ ਕੇ ਹੁਣ ਤੱਕ ਜਿੰਨੇ ਗੀਤ ਆਏ ਨੇ ਸਿੱਧੂ ਮੂਸੇਵਾਲੇ ਦੇ, ਰੋਜ਼ਾਨਾ ਰਿਪੀਟ ਤੇ ਸੁਣਦਾ ਇਹ ਫੈਨ। ਅੱਜ ਪਹੁੰਚਿਆ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ, ਤਾਂ ਇਸਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਉਹ ਹੀਰਾ ਸੀ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਮਾਨਸਾ ਦੇ ਨਾਂ ਦੀ, ਮੂਸੇ ਦੇ ਨਾਂ ਦੀ ਧੱਕ ਪਾ ਦਿੱਤੀ। ਜਿਹੜੇ ਲੋਕ ਇਹ ਸੋਚਦੇ ਨੇ ਕਿ ਸਿੱਧੂ ਮੂਸੇਵਾਲਾ ਮੁੱਕ ਗਿਆ, ਆਹ ਫੈਨਸ ਦੇਖ ਲਓ ਤੁਸੀਂ, ਸਿੱਧੂ ਮੂਸੇਵਾਲੇ ਦੇ ਇਹੀ ਉਸਨੂੰ ਜਿਉਂਦਾ ਜਾਗਦਾ ਬਣਾਈ ਰਹਿ ਬੈਠੇ ਨੇ। ਤਾਂ ਦੋਸਤੋ ਤੁਸੀਂ ਇਸ ਫੈਨ ਦੇ ਲਈ ਕੀ ਕਹੋਗੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ, ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ, ਅਤੇ ਕਮੈਂਟਾਂ ਦੇ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ। ਜਿਹੜੇ ਸਾਡੇ ਚੈਨਲ 'ਤੇ ਨਵੇਂ ਨੇ ਉਹ ਚੈਨਲ ਨੂੰ ਲਾਈਕ ਕਰ ਲਿਓ, ਸਬਸਕ੍ਰਾਈਬ ਕਰ ਲਿਓ, ਕਿਉਂਕਿ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਤੁਹਾਨੂੰ ਇਸ ਚੈਨਲ ਦੇ ਉੱਪਰ ਦਿੰਦੇ ਹਾਂ। ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਨੂੰ, ਜੋ ਬਾਈ ਬਹੁਤ ਹੀ ਔਖਾ ਚੱਲ ਫਿਰ ਸਕਦਾ, ਪਰ ਫਿਰ ਵੀ ਯਾਦਗਾਰ ਤੇ ਆਉਣਾ ਇਸ ਦਾ ਸੁਪਨਾ ਸੀ। ਅੱਜ ਇਸ ਦਾ ਸੁਪਨਾ ਵੀ ਪੂਰਾ ਹੋਇਆ, ਅਤੇ ਇਸਨੇ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਕਿ ਅੱਜ ਇੱਥੇ ਆ ਕੇ ਖੁਸ਼ੀ ਵੀ ਹੈ, ਅਤੇ ਇੱਕ ਗੱਲ ਦਾ ਦੁੱਖ ਵੀ ਹੈ ਕਿ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ, ਕਿਉਂਕਿ ਸਿੱਧੂ ਨੇ ਜੋ ਗੱਲਾਂ ਕਹੀਆਂ ਉਹ ਸੱਚ ਹੋਈਆਂ, ਉਸਨੇ ਆਪਣੇ ਗੀਤਾਂ ਦੇ ਜ਼ਰੀਏ ਆਪਣੀ ਜ਼ਿੰਦਗੀ ਬਿਆਨ ਕਰ ਦਿੱਤੀ ਸੀ, ਅਤੇ ਅੱਜ ਲੋਕ ਉਸਨੂੰ ਯਾਦ ਕਰਕੇ ਰੋਂਦੇ ਤਾਂ ਨੇ, ਕਿਉਂਕਿ ਜੋ ਵੀ ਗੱਲਾਂ ਕਹਿ ਗਿਆ ਉਹ ਲੋਕਾਂ ਦੀ ਅਸਲ ਜ਼ਿੰਦਗੀ ਦੇ ਵਿੱਚ ਕੰਮ ਵੀ ਆਈਆਂ ਨੇ। ਅਤੇ ਸਿੱਧੂ ਮੂਸੇਵਾਲੇ ਨੇ ਦੱਸਿਆ ਸਾਨੂੰ ਕਿ ਅਣਖਾਂ ਕੀ ਹੁੰਦੀਆਂ, ਰੁਤਬਾ ਕੀ ਹੁੰਦਾ। ਮੂਸੇਵਾਲਾ ਸਭ ਨੂੰ ਜਾਂਦਾ ਜਾਂਦਾ ਸਿਖਾ ਗਿਆ, ਜਾਂਦਾ ਵੀ ਅਣਖਾਂ ਦੇ ਨਾਲ ਜ਼ਿੰਦਗੀ ਜਿਉਂ ਕੇ ਗਿਆ, ਪੇਠਣੀ ਦਿਖਾਈ, ਗੈਂਗਸਟਰ ਚਾਹੇ ਜਿੰਨੇ ਵੀ ਸੀ ਪਰ ਉਸਨੇ ਸਾਹਮਣਾ ਕੀਤਾ, ਹਿੱਕ 'ਤੇ ਖਾਈਆਂ ਗੋਲੀਆਂ। ਅੱਜ ਇਸ ਦੁਨੀਆ ਦੇ ਵਿੱਚ ਨਹੀਂ ਸਿੱਧੂ ਮੂਸੇਵਾਲਾ, ਪਰ ਦਿਲਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਵੇਂ ਜਿਉਂਦਾ ਗਾ। ਇਹਨਾਂ ਨੌਜਵਾਨ ਜਿਹੜੇ ਫੈਨ ਨੇ ਉਸਦੇ ਯਾਦਗਾਰ 'ਤੇ ਆਉਂਦੇ ਨੇ, ਦੁੱਖ ਤਕਲੀਫ ਨਹੀਂ ਮੰਨਦੇ ਆਉਣ ਦੀ, ਪਰ ਸਿੱਧੂ ਨੂੰ ਪਿਆਰ ਹੀ ਇੰਨਾ ਕਰਦੇ ਨੇ ਕਿ ਮਜਬੂਰੀ ਬਣ ਜਾਂਦੀ ਹੈ, ਪਿਆਰ ਖਿੱਚ ਲਿਆਉਂਦਾ ਸਿੱਧੂ ਮੂਸੇਵਾਲੇ ਦਾ ਇਹਨਾਂ ਨੂੰ ਇਸ ਯਾਦਗਾਰ 'ਤੇ। ਸਿੱਧੂ ਕਹਿੰਦਾ ਹੁੰਦਾ ਸੀ ਕਿ ਟਾਹਲੀ ਥੱਲੇ ਸਿਵਾ ਬਲਣਾ ਜੜਦਾ, ਅੱਜ ਉਸੇ ਸਿਵੇ ਦੇ ਹੇਠਾਂ ਯਾਦਗਾਰ ਬਣੀ ਆ, ਅਤੇ ਯਾਦਗਾਰ 'ਤੇ ਸਿੱਧੂ ਦੇ ਫੈਨ ਰੋਜ਼ਾਨਾ ਵੱਡੀ ਗਿਣਤੀ 'ਚ ਆਉਂਦੇ ਨੇ। ਅਤੇ ਇਹ ਬਾਈ ਸਪੈਸ਼ਲ ਸਿੱਧੂ ਦੀ ਯਾਦਗਾਰ 'ਤੇ ਆਇਆ ਗਾ, ਅਤੇ ਦੇਖ ਸਕਦੇ ਹੋ ਕਿੰਨਾ ਔਖਾ ਚੱਲ ਫਿਰ ਰਿਹਾ ਸੀ, ਪੈਰ ਵੀ ਕੰਮ ਨਹੀਂ ਕਰਦੇ, ਪਰ ਪਿਆਰ ਹੈ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਲਈ ਬਹੁਤ ਜ਼ਿਆਦਾ। ਅੰਦਾਜ਼ਾ ਲਾ ਲਓ ਤੁਸੀਂ, ਜਿਹੜੇ ਸੋਚਦੇ ਸੀ ਕਿ ਸਿੱਧੂ ਦੇ ਫੈਨ ਬਹੁਤ ਘੱਟ ਨੇ, ਸਿੱਧੂ ਦੇ ਫੈਨ ਤਾਂ ਪਰੇ ਤੋਂ ਪਰੇ ਨੇ। ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਫੈਨ ਬਾਰੇ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਅਤੇ ਯਾਦਗਾਰ 'ਤੇ ਲੱਗਿਆ ਰਹਿੰਦਾ ਮੇਲਾ। ਸਿੱਧੂ ਮੂਸੇਵਾਲਾ ਉਹ ਹੀਰਾ, ਉਹ ਕਲਾਕਾਰ ਜਿਸਨੇ ਦੇਸ਼ਾਂ ਵਿਦੇਸ਼ਾਂ 'ਚ ਧੱਕ ਪਾਈ ਹੈ, ਅਤੇ ਅੱਜ ਵੀ ਬਿਲਬੋਰਡ 'ਤੇ ਛਾਂਦਾ ਝੋਟਾ, ਅਤੇ ਕੀ ਕਹਿੰਦਾ ਉਸਦਾ ਇਹ ਫੈਨ ਜੋ ਅਪਾਹਜ ਹੈ, ਪਰ ਸਿੱਧੂ ਬਾਰੇ ਕੁਝ ਗੱਲਾਂ ਕਹਿੰਦਾ। ਹੁਣ ਦਾ ਕੀ ਸਬੱਬ ਬਣਿਆ ਇੱਥੇ ਆਏ ਹੋ? ਅਸੀਂ ਨਗਦੇ ਸੀਗੇ, ਖੜ ਗਏ, ਪਾਦਰੀ ਵਧਾਈ ਲੈ ਕੇ ਆਏ ਜੀ। ਅੱਛਾ, ਕਿੰਨੇ ਚਿਰ ਤੋਂ ਸੁਣਦੇ ਸੀ? ਹਾਂਜੀ, ਕਿੰਨੇ ਚਿਰ ਤੋਂ ਸੁਣਦੇ ਸੀ? ਹਾਂਜੀ, ਸਿੱਧੂ ਨੂੰ ਕਿੰਨੇ ਚਿਰ ਤੋਂ ਸੁਣਦੇ ਸੀ? ਉਦੇ ਦੀ ਜਾਂ ਸੁਣਦੇ ਸੀਗੇ ਜੀ। ਅੱਛਾ, ਹਾਂਜੀ, ਕੀ ਲੱਗਦਾ ਸੀ? ਵਧੀਆ, ਚੰਗਾ? ਉਹ ਬਹੁਤ ਚੰਗਾ ਸੀ ਜੀ ਬਾਈ। ਪਹਿਲਾਂ ਮਿਲੇ ਸੀ ਕਦੇ ਉਹਨੂੰ? ਨਾ ਜੀ। ਅੱਛਾ, ਲੱਤਾਂ ਤੋਂ ਜਿਵੇਂ ਬਾਂਝੀ ਹੋਣਾ, ਔਖਾ ਨਹੀਂ ਲੱਗਿਆ ਇੱਥੇ? ਨਾ ਜੀ, ਕੋਈ ਔਖਾ ਨਹੀਂ ਲੱਗਿਆ। ਚਲੋ, ਗੱਡੀਆਂ ਨੂੰ ਕਿਹਾ ਜੀ ਜਾ ਕੇ ਆਉਣਾ ਜੀ। ਅੱਛਾ, ਹਾਂਜੀ, ਕੀ ਕਰਦੇ? ਕਿਉਂ ਪੱਛੀ ਆਹੀ ਖੇਤੀ?
ਮੈਂ ਤਾਂ ਖੇਤੀ ਕਰਦੇ ਹਾਂ।